थाना डेरा बाबा नानक अधीन आंदे पिंड सरफ कोट दे विच व्याहता जतिंदर कौर पत्नी जसविंदर सिंह दी लाश अपने घर दे विच गोबर गैस प्लांट चो बरामद हुई। दसणी हो गया है कि कल दे सोशल मीडिया ते सुरिंदर कौर दी फोटो गुमशुदा दी भाल करके जनतक हो रही सी अते अज उस दी लाश अपने ही घर दे गोबर गैस प्लांट दे गटर तो बरामद हुई है। जतिंदर कौर दे ब्याह नूं 25 साल दे करीब हो चुके हन अते पुलिस ने मृतका दे भरा दे बयानां दे आधार ते धारा 302 दे तहत पति ਦਿਓਰ ਅਤੇ ਨਨਾਣ ਦੇ ਖਿਲਾਫ ਕੇਸ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮ੍ਰਿਤਕਾ ਦੇ ਭਰਾ ਇੰਦਰਜੀਤ ਸਿੰਘ ਮਾਲੇਵਾਲ ਨੇ ਦੋਸ਼ ਲਗਾਉਂਦੇ ਹੋਏ ਆਪਣੇ ਵੱਲੋਂ ਕੀ ਕਿਹਾ ਹੈ, ਆਓ ਤੁਹਾਨੂੰ ਦਿਖਾਉਂਦੇ ਹਾਂ। ਮੈਂ ਜੀ ਇੰਦਰਜੀਤ ਸਿੰਘ, ਮੇਰੀ ਭੈਣ ਜਤਿੰਦਰ ਕੌਰ ਜਿਹਦਾ ਕਤਲ ਕੀਤਾ ਗਿਆ ਸਰਫਕੋਟ 'ਚ, ਉਹਦੀ ਆਪਣਾ ਨਨਾਣ ਬਲਜੀਤ ਕੌਰ ਅਤੇ ਸਾਡੇ ਭਣਵਾਈ ਹੈ ਜਸਵਿੰਦਰ ਸਿੰਘ ਅਤੇ ਹਰਪਾਲ ਸਿੰਘ ਨੇ ਰਲ ਕੇ ਕੀਤਾ ਜੀ। ਉਹਨਾਂ ਨੇ ਜੀ ਪਹਿਲਾਂ ਸਾਨੂੰ ਇੱਕ ਦਿਨ ਪਹਿਲਾਂ ਦੱਸਿਆ ਸੀ ਕਿ ਤੁਹਾਡੀ ਭੈਣ ਲਾਪਤਾ ਹੈ, ਡੈਡ ਬਾਡੀ ਉਹਨਾਂ ਦੀ ਜਿਹੜਾ ਗਟਰ ਹੁੰਦਾ ਹੈ ਆਪਣਾ ਗੋਬਰ ਗੈਸ ਵਾਲਾ। ਪ੍ਰਸ਼ਾਸਨ ਨੂੰ ਮੰਗ ਕਰਨਾ ਜੀ, ਸਾਨੂੰ ਨਿਆਂ ਮਿਲਣਾ ਚਾਹੀਦਾ, ਇਹਦੇ ਮੁਤਾਬਕ ਕਾਰਵਾਈ ਸਖ਼ਤ ਤੋਂ ਸਖ਼ਤ ਹੋਣੀ ਚਾਹੀਦੀ, ਕਿਉਂਕਿ ਗਾਂ ਅੱਗੇ ਤੋਂ ਧੀਆਂ ਭੈਣਾਂ ਦੇ ਤਰ੍ਹਾਂ ਦਾ ਕੰਮ। ਉਧਰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ SHO ਅਵਤਾਰ ਸਿੰਘ ਕੰਗ ਨੇ ਵੀ ਇਸ ਮਾਮਲੇ ਦੇ ਬਾਰੇ ਆਪਣੇ ਵੱਲੋਂ ਕੁਝ ਪੁਸ਼ਟੀ ਕੀਤੀ ਹੈ, ਆਓ ਤੁਹਾਨੂੰ ਦਿਖਾਉਂਦੇ ਹਾਂ ਉਹਨਾਂ ਦੇ ਵੱਲੋਂ ਕੀ ਬਿਆਨ ਨੇ। ਇਹ ਅੱਜ ਸਾਨੂੰ ਇਤਲਾਹ ਮਿਲੀ ਆ ਕਿ ਜਤਿੰਦਰ ਕੌਰ ਜਿਹੜੀ ਆ ਉਹ ਜਿਹੜਾ ਗੋਬਰ ਗੈਸ ਆ ਉਹਦੇ ਜਿਹੜਾ ਹੋਜੀ ਆ ਉਹਦੇ ਵਿੱਚ ਉਹਦੀ ਲਾਸ਼ ਜਿਹੜੀ ਆ ਡੈੱਡ ਬੋਡੀ ਪਈ ਆ, ਜੋ ਅਸੀਂ ਉੱਥੇ ਮੌਕੇ 'ਤੇ ਜਾ ਕੇ ਉਹਦੀ ਜਿਹੜੇ ਆਪਣੇ ਬ੍ਰਦਰ ਨੇ ਉਹਨਾਂ ਦੇ ਬਿਆਨ 'ਤੇ ਜਿਹੜਾ ਅਸੀਂ ਪਰਚਾ ਜਿਹੜਾ ਉਹ ਮੁਕੱਦਮਾ ਦਰਜ ਕਰਤੇ ਆ। ਨਹੀਂ, ਉਹ ਸਾਡੇ ਤੋਂ ਪਹਿਲਾਂ ਕੱਢ ਲਿਆ। ਉਹ ਧਾਰਾ 302 34 IPC ਤਹਿਤ ਜਿਹੜਾ ਮੁਕੱਦਮਾ ਦਰਜ ਕਰਤਾ ਜੀ। ਤਿੰਨਾਂ ਜਾਣਿਆਂ ਦੇ, ਇੱਕ ਨਾ ਪਤੀ ਉਹਦਾ ਜਸਵਿੰਦਰ ਸਿੰਘ, ਇੱਕ ਉਹਦਾ ਭਰਾ ਹਰਪਾਲ ਸਿੰਘ ਅਤੇ ਤੀਜੀ ਉਹਦੀ ਭੈਣ ਆ ਬਲਜੀਤ ਕੌਰ। ਲਾਸ਼ ਨੂੰ ਪੋਸਟਮਾਰਟਮ ਵਾਸਤੇ ਡੈੱਡ ਹਾਊਸ 'ਚ ਭੇਜਿਆ ਗਿਆ ਬਟਾਲੇ, ਅਤੇ ਬਾਅਦ ਵਿੱਚ ਉਹਦਾ ਜਿਹੜਾ ਸਵੇਰੇ ਪੋਸਟਮਾਰਟਮ ਕਰਾ ਕੇ ਵਾਰਸਾ ਦੇ ਹਵਾਲੇ ਕੀਤੀ। ਬਿਲਕੁਲ ਸਰ, ਜੋਤਿਸ਼ਕ ਵਿਦਿਆ ਇੱਕ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੇਸ ਕੰਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ ਫ੍ਰੀ ਸਮਾਧਾਨ। 99968 26004।